ਦੇਖੋ ਅੱਜ ਰਵਨੀਤ ਬਿੱਟੂ ਜੀ ਇਹ ਗੱਲ ਕਰਨ, ਬੇਅੰਤ ਸਿੰਘ ਜੀ ਦੀ ਹੱਤਿਆ ਕਦੋਂ ਹੋਈ ਅਤੇ ਬੇਅੰਤ ਸਿੰਘ ਜੀ ਦਾ ਕਿੰਨਾ ਮਾਣ ਸਨਮਾਨ ਪਾਰਟੀ ਨੇ ਉਹਨਾਂ ਦੀ ਸ਼ਹਾਦਤ ਦੇ ਉੱਪਰ ਪੰਜਾਬ ਕਾਲੇ ਦਿਨਾਂ 'ਚੋਂ ਨਿਕਲਿਆ ਔਰ ਬਿੱਟੂ ਜੀ ਨੂੰ 3 ਵਾਰ ਲੋਕ ਸਭਾ ਦਾ ਟਿਕਟ ਦੇ ਕੇ ਨਿਵਾਜਿਆ ਔਰ ਉਹਨਾਂ ਨੂੰ ਪਾਰਟੀ ਦੇ ਵੱਲੋਂ ਕੋਈ ਵੀ ਗੱਲ ਉਹਨਾਂ ਕੋਲ ਰੱਖੀ ਗਈ ਉਹਨਾਂ ਨੂੰ ਉਸ ਗੱਲ ਨੂੰ ਪਾਰਟੀ ਨੇ ਪੂਰਾ ਚੜ੍ਹਾਇਆ। ਅੱਜ ਬਿੱਟੂ ਜੀ ਚੋਣ ਲੜਨ ਵਾਸਤੇ ਦੂਜੀ ਪਾਰਟੀ 'ਚ ਚਲੇ ਗਏ ਔਰ ਅੱਜ ਇਹ ਵਾਲੀ ਗੱਲ ਦਾ ਇਲਜ਼ਾਮ ਰਾਹੁਲ ਗਾਂਧੀ ਦੇ ਉੱਪਰ ਲਗਾਉਂਦੇ ਹੈ ਜਾਂ ਇਸ ਗੱਲ ਦੀ ਦਾ ਫਾਇਦਾ ਲੈਣਾ ਚਾਹੁੰਦੇ ਹੈ ਰਾਜਨੀਤਿਕ ਜਾਂ ਸਿਆਸੀ ਫਾਇਦਾ ਚੋਣ ਜਿੱਤਣ ਵਾਸਤੇ, ਇਸ ਗੱਲ ਤੋਂ ਉਹਨਾਂ ਦੀ ਕਰੈਕਟਰ ਜਾਂ ਉਹਨਾਂ ਦੀ ਕ੍ਰੈਡੀਬਿਲਿਟੀ ਸਮਝ ਆਉਂਦੀ ਹੈ ਜਾਂ ਉਹਨਾਂ ਦੀ ਛਵੀ ਬਾਰੇ ਜਾਂ ਉਹਨਾਂ ਦੀ ਸੋਚ ਬਾਰੇ ਗੱਲ ਸਮਝ ਆਉਂਦੀ ਹੈ। ਸਰ ਇੱਕ ਸਵਾਲ ਹੋ ਰਿਹਾ, ਜਿਸ ਤਰੀਕੇ ਗੁਰਮੀਤ ਸਿੰਘ ਕੁੜੀਆਂ MLA ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਕਿਹਾ ਸੀ ਕਿ ਸਰਕਾਰ ਵਚਨਬੱਧ ਹੈ ਨਸ਼ਾ ਮੁਕਤ ਕਰਨ ਲਈ ਪੰਜਾਬ ਨੂੰ, ਤੁਸੀਂ ਕਿੱਥੇ ਕੁ ਦੇਖਦੇ ਹੋ? ਦੇਖੋ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ। ਨਸ਼ਾ ਮੁਕਤ ਕਰਨ ਵਾਸਤੇ ਪੰਜਾਬ ਵਿੱਚ ਨੌਜਵਾਨ ਭਰਾਵਾਂ ਵਾਸਤੇ ਰੋਜ਼ਗਾਰ ਦੇ ਪ੍ਰਬੰਧ ਕਰਨਾ, ਸਰਕਾਰੀ ਤੋਂ ਇਲਾਵਾ ਪ੍ਰਾਈਵੇਟ ਅਦਾਰਿਆਂ ਵਾਸਤੇ ਇੱਕ ਚੰਗਾ ਮਾਹੌਲ ਸੂਬੇ ਵਿੱਚ ਹੋਵੇ, ਇੱਕ ਚੰਗਾ ਐਟਮੋਸਫੇਅਰ ਸੂਬੇ ਵਿੱਚ ਹੋਵੇ, ਕੋਈ ਇੰਡਸਟਰੀ ਜਾਂ ਕੋਈ ਬੜਾ ਉਦਯੋਗਪਤੀ ਬਾਹਰਲੇ ਸੂਬੇ ਤੋਂ ਆ ਕੇ ਸਾਡੇ ਸੂਬੇ 'ਚ ਉਦੋਂ ਪੈਸਾ ਲਾਉਂਦਾ ਜਦੋਂ ਉਹਨੂੰ ਇਸ ਸੂਬੇ ਦਾ ਮਾਹੌਲ ਚੰਗਾ ਲੱਗਦਾ, ਉਹਨੂੰ ਲੱਗਦਾ ਕਿ ਉਰੇ ਇੰਡਸਟਰੀ ਵਾਸਤੇ ਐਟਮੋਸਫੇਅਰ ਕੰਫਰਟੇਬਲ ਹੈ ਜਾਂ ਇੰਡਸਟਰੀ ਨੂੰ ਉਰੇ ਸਹੂਲਤਾਂ ਮਿਲਦੀਆਂ ਜਾਂ ਇੰਡਸਟਰੀ ਨੂੰ ਉਰੇ ਲੋਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਹੀਂ ਹੈ ਅਤੇ ਇੰਡਸਟਰੀ ਨੂੰ ਉਰੇ ਬੈਟਰ ਚੀਜ਼ ਮਿਲੂਗੀ ਅਤੇ ਤਾਂ ਕੋਈ ਬਾਹਰਲਾ ਉਦਯੋਗਪਤੀ ਆ ਕੇ ਉਰੇ ਪੈਸਾ ਖਰਚ ਕਰੂਗਾ ਔਰ ਜਦੋਂ ਕੋਈ ਪੈਸਾ ਲਾਊਗਾ ਤਾਂ ਉਰੇ ਰੋਜ਼ਗਾਰ ਦੇ ਸਾਧਨ ਬਣਨਗੇ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਕਿਸਾਨ ਪੰਜਾਬ ਇੱਕ ਕਿਸਾਨ ਪੱਖੀ ਸੂਬਾ ਹੈ ਅਤੇ ਕਿਸਾਨੀ ਦੇ ਨਾਲ ਪੰਜਾਬ ਦੀ ਆਰਥਿਕਤਾ ਚੱਲਦੀ ਹੈ ਔਰ ਜੇ ਕਿਸਾਨ ਦੀ ਫਸਲ ਆਉਂਦੀ ਹੈ ਤਾਂ ਦੁਕਾਨਦਾਰ ਦਾ ਕੰਮ ਚੱਲਦਾ। ਤਾਂ ਇਸੇ ਤਰੀਕੇ ਨਾਲ ਜੇ ਉਰੇ ਇੱਕ ਇੰਡਸਟਰੀ ਆਊਗੀ, ਜੇ ਬਾਹਰਲੇ ਉਦਯੋਗਪਤੀ ਆ ਕੇ ਪੰਜਾਬ 'ਚ ਪੈਸਾ ਲਾਉਣਗੇ ਤਾਂ ਉਰੇ ਇੰਡਸਟਰੀ ਆਊਗੀ, ਜੇ ਇੰਡਸਟਰੀ ਆਊਗੀ ਤਾਂ ਰੋਜ਼ਗਾਰ ਖੁੱਲੂਗਾ ਅਤੇ ਜੇ ਰੋਜ਼ਗਾਰ ਖੁੱਲੂਗਾ ਅਤੇ ਤਾਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਵਾਸਤੇ ਮੌਕਾ ਮਿਲੂਗਾ ਜਾਂ ਖੇਡਾਂ ਦੇ ਅਦਾਰੇ ਖੁੱਲ੍ਹਣਗੇ, ਵੱਡੇ ਸਪੋਰਟਸ ਕੰਪਲੈਕਸ ਖੁੱਲ੍ਹਣਗੇ ਅਤੇ ਤਾਂ ਜਾ ਕੇ ਬੱਚੇ ਨਸ਼ੇ ਤੋਂ ਦੂਰ ਹੋ ਸਕਣਗੇ। ਤਾਂ ਮੈਂ ਇਹ ਜ਼ਰੂਰ ਸਮਝਦਾ ਹਾਂ ਕਿ ਪਿਛਲੇ 2 ਸਾਲ ਦੀ ਜੋ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਅਗਰ ਇਹ ਦੋਨੋਂ ਪੱਖੀ 'ਤੇ ਰਹੀ ਹੈ ਤਾਂ ਨਸ਼ਾ ਮੁਕਤ ਪੰਜਾਬ ਹੋ ਸਕਦਾ ਸੀ। ਇਹ ਇਕੱਲਾ ਗੱਲਾਂ ਕਰਨ ਦੇ ਨਾਲ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ, ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਕਰਨ ਦੀ ਲੋੜ ਹੈ, ਵੱਡੇ ਅਦਾਰੇ ਖੋਲ੍ਹਣ ਦੀ ਲੋੜ ਹੈ, ਪੰਜਾਬ ਦੇ ਐਟਮੋਸਫੇਅਰ ਨੂੰ ਕੰਜੀਨੀਅਲ ਕਰਨ ਦੀ ਲੋੜ ਹੈ ਤਾਂ ਕਿ ਇੰਡਸਟਰੀ ਆਵੇ, ਬੱਚਿਆਂ ਨੂੰ ਰੋਜ਼ਗਾਰ ਮਿਲੇ। ਅੱਜ ਬੰਦਾ ਨਸ਼ੇ ਦੇ ਉੱਪਰ ਕਿਉਂ ਲੱਗਦਾ? ਜੇ ਉਹਦੇ ਕੋਲ ਚੰਗੇ ਰੋਜ਼ਗਾਰ ਦੇ ਸਾਧਨ ਹੋਣਗੇ ਤਾਂ ਬੱਚਾ ਆਪਣੇ ਆਪ ਨੂੰ ਉਸ ਰਾਹ ਦੇ ਉੱਪਰ ਪਾਉਂਦਾ ਜਿੱਥੇ ਜਾ ਕੇ ਬੱਚਾ ਕੰਮ ਕਰ ਸਕਦਾ। ਸਾਹਿਬ, ਆਮ ਆਦਮੀ ਪਾਰਟੀ ਦੇ ਕੁਝ ਲੀਡਰ ਹੁਣ ਇਹ ਲੋਕਾਂ 'ਚ ਗੱਲ ਕਰ ਰਹੇ ਨੇ ਕਿ 1 ਜੂਨ ਤੋਂ ਬਾਅਦ ਤਾਂ ਸਰਕਾਰ ਸਾਡੀ ਰਹਿਣੀ ਹੈ, MP ਸਾਡੇ 'ਚ ਤਾਂ ਤਾਂ ਦਾ ਕੰਮ ਪ੍ਰੋਪਰ ਤਰੀਕੇ ਨਾਲ ਹੋਊਗੇ, ਜੇ ਓਪੋਜੀਸ਼ਨ ਜਿੱਤੂਗੀ ਤਾਂ ਕੰਮ ਤਾਂ ਫਿਰ ਲਟਕ ਜਾਂਦੇ ਜੀ, ਇਹਦੇ ਬਾਰੇ ਕੀ ਕਹੋਗੇ? ਉਹ ਆਮ ਆਦਮੀ ਪਾਰਟੀ ਵਾਲਿਆਂ ਨੇ 2022 ਦੇ ਵਿੱਚ ਵੀ ਲੋਕਾਂ ਨੂੰ ਬਦਲਾਅ ਦਾ ਨਾਰਾ ਦਿੱਤਾ ਸੀ ਅਤੇ ਪਿਛਲੇ 2 ਸਾਲਾਂ 'ਚ ਕੀ ਬਦਲਾਅ ਹੋਇਆ ਇਹ ਲੋਕਾਂ ਨੂੰ ਪਤਾ ਹੈ ਅਤੇ ਇਸ ਵਾਰੀ ਤਾਂ ਹੁਣ ਲੋਕ ਵੋਟਾਂ ਪਾ ਕੇ ਦੱਸਣਗੇ ਵੀ ਜਿਹੜਾ ਬਦਲਾਅ ਉਹਨਾਂ ਨੇ ਨਹੀਂ ਕੀਤਾ ਤਾਂ ਕਿ ਉਹਨਾਂ ਨੂੰ ਸਮਝ ਆ ਸਕੇ, ਤਾਂ ਕਿ ਅਗਲੇ 3 ਸਾਲ ਉਹ ਕੰਮ ਕਰਨ ਜਿਹੜਾ ਕੰਮ ਸਰਕਾਰ ਨੇ ਉਹਨਾਂ ਨੇ ਸਰਕਾਰ ਲਿਆਉਣ ਤੋਂ ਪਹਿਲਾਂ ਕਿਹਾ ਸੀ। ਅਤੇ ਜੇ ਅੱਜ ਉਹਨਾਂ ਦੀ ਜਿਹੜੀ ਪਿਛਲੇ 2 ਸਾਲ ਦੀ ਨਾਕਾਮੀ ਰਹੀ ਹੈ ਅਤੇ ਜੇ ਅੱਜ ਵੋਟਾਂ ਲੋਕਾਂ ਨੇ ਪਾਤੀਆਂ ਆਮ ਆਦਮੀ ਪਾਰਟੀ ਨੂੰ ਤਾਂ ਇਹਦਾ ਮਤਲਬ ਫਿਰ ਉਹ ਜੋ ਮਰਜ਼ੀ ਕਰਨ ਅਤੇ ਫਿਰ ਤਾਂ ਉਹਨਾਂ 'ਤੇ ਮੋਦੀ 'ਚ ਕੋਈ ਫਰਕ ਨਹੀਂ ਰਿਹਾ।